ਰਾਮਨਾਮੀ ਦੇ ਸੰਬੰਧ ਵਿੱਚ ਦੁਰਗਿਆਨਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਠਾਕੁਰ ਜੀ ਦੇ ਪੰਚਾਮ੍ਰਿਤ ਸਨਾਨ ਕਰਵਾਏ ਗਏ ਅਤੇ ਪੂਜਨ ਹੋਇਆ। ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ, ਅਨਿਲ ਸ਼ਰਮਾ ਵੀ ਮੌਜੂਦ ਸਨ। ਅੱਜ ਬਹੁਤ ਸ਼ੁਭ ਦਿਨ ਹੈ, ਭਗਵਾਨ ਰਾਮ ਦਾ ਜਨਮ ਦਿਨ ਹੈ। ਉਹਨਾਂ ਦੇ ਰਾਮਨੌਮੀ ਦੇ ਉਪਲਕਸ਼ ਦੇ ਵਿੱਚ ਪੂਜਾ ਅਰਚਨਾ ਕੀਤੀ ਗਈ ਹੈ ਔਰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਗਈ ਹੈ ਕਿ ਜਿਹੜਾ ਇਹ ਸਾਰੀ ਦੁਨੀਆ ਦੇ ਉੱਤੇ ਕਸ਼ਟ ਆਇਆ ਇਹਦਾ ਨਿਵਾਰਨ ਹੋਵੇ, ਸਾਰੇ ਸੁੱਖ ਸ਼ਾਂਤੀ ਨਾਲ ਆਪਣੇ ਆਪਣੇ ਘਰਾਂ 'ਚ ਰਹਿਣ ਔਰ ਕਾਰੋਬਾਰ ਦੁਬਾਰਾ ਤੋਂ ਚੰਗੇ ਤਰੀਕੇ ਨਾਲ ਚੱਲਣ। ਇਹਦੇ ਉਪਲਕਸ਼ ਦੇ ਵਿੱਚ ਸਾਰੀ ਪੂਜਾ ਅਰਚਨਾ ਕੀਤੀ ਗਈ ਹੈ ਔਰ ਇਹ ਅਰਦਾਸ ਕੀਤੀ ਗਈ ਹੈ ਕਿ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹਨਾਂ 'ਤੇ ਪ੍ਰਭੂ ਕਿਰਪਾ ਕਰੇ, ਇਹ ਛੇਤੀ ਛੇਤੀ ਸੰਕਟ ਜਿਹੜਾ ਇਹ ਟਲੇ।